ਤੁਸੀਂ ਦੇਖ ਰਹੇ ਹੋ ਦੁਆਬਾ ਟਾਈਮਸ, ਗੁਰਪ੍ਰੀਤ ਬਾਲ ਦੀ ਵਿਸ਼ੇਸ਼ ਰਿਪੋਰਟ। ਸੰਯੁਕਤ ਕਿਸਾਨ ਮੋਰਚੇ ਦੀ 26 ਮਾਰਚ ਭਾਰਤ ਬੰਦ ਦੀ ਕਾਲ ਨੂੰ ਸਮਰਥਨ ਮਿਲਿਆ। ਭਾਰਤ ਬੰਦ ਦੇ ਸੱਦੇ 'ਤੇ ਜਿੱਥੇ ਕਿ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ, ਉੱਥੇ ਆਵਾਜਾਈ ਵੀ ਪੂਰੇ ਤਰੀਕੇ ਨਾਲ ਠੱਪ ਰਹੀ। ਜਿਸ ਦੇ ਤਹਿਤ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਪਿੰਡ ਨਿਜਾਮ ਦੀਪੁਰ ਅੱਡੇ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ 'ਤੇ ਰੇਲਵੇ ਟਰੈਕ ਨੂੰ ਪੂਰੀ ਤਰੀਕੇ ਨਾਲ ਬੰਦ ਰੱਖਿਆ ਗਿਆ। ਇਸ ਦੌਰਾਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਰਾਏਪੁਰ ਬੱਲਾ ਅੱਡਾ, ਕਿਸ਼ਨਗੜ੍ਹ ਅੱਡਾ ਮਾਰਕੀਟ, ਦੌਲਤਪੁਰ, ਲਾਵਲਪੁਰ, ਬਿਆਸ ਪਿੰਡ ਅੱਡਾ ਮਾਰਕੀਟ ਦੀਆਂ ਦੁਕਾਨਾਂ ਕਿਸਾਨਾਂ ਦੇ ਸਮਰਥਨ ਵਿੱਚ ਪੂਰੀ ਤਰੀਕੇ ਨਾਲ ਬੰਦ ਰਹੀਆਂ। ਇਸ ਦੌਰਾਨ ਇਲਾਕੇ ਦੇ ਪਿੰਡਾਂ, ਕਸਬੇ ਦੇ ਸੜਕਾਂ ਅਤੇ ਨੈਸ਼ਨਲ ਹਾਈਵੇ ਬਿਲਕੁਲ ਸੁੰਨਸਾਨ ਰਹੇ ਅਤੇ ਆਵਾਜਾਈ ਠੱਪ ਰਹੀ। ਇਸ ਮੌਕੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸਲਿੰਦਰ ਸਿੰਘ ਢਿੱਲੋਂ, ਪ੍ਰਧਾਨ ਮੁਕੇਸ਼ ਚੰਦਰ ਰਾਣੀ ਪੱਟੀ, ਜਨਰਲ ਸੈਕਟਰੀ ਦਵਿੰਦਰ ਸਿੰਘ ਮਿੰਟਾ ਧਾਰੀਵਾਲ, ਗੁਰਬਖਸ਼ ਸਿੰਘ ਨਵਾਜਾ, ਪ੍ਰਦੀਪ ਕੁਮਾਰ ਦੀਪਾ, ਸਰਪੰਚ ਬੱਲਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਸਾਬਕਾ ਸਰਪੰਚ ਰਜੇਸ਼ ਕੁਮਾਰ ਸਮਸਤਪੁਰ, ਸਾਹਿਬ ਸਿੰਘ ਗੁਰਦੁਆਰਾ ਬਾਬੇ ਸ਼ਹੀਦਾਂ ਸਮਸਤਪੁਰ, ਸੁਰਿੰਦਰ ਸਿੰਘ ਨੰਨੀ ਗੋਪਾਲਪੁਰ, ਚੇਅਰਮੈਨ ਕੇਵਲ ਸਿੰਘ ਸੱਤੋਵਾਲੀ, ਓਂਕਾਰ ਸਿੰਘ ਦੌਲਤਪੁਰ, ਲਖਵੀਰ ਸਿੰਘ ਫੁੰਮਣ, ਸੁਰਿੰਦਰ ਸਿੰਘ ਛਿੰਦਾ ਨਿਜਾਮਦੀਪੁਰ, ਹਰਿੰਦਰ ਸਿੰਘ ਢੀਂਡਸਾ, ਸਾਬੀ ਰੰਧਾਵਾ ਸਮਸਤਪੁਰ, ਸੰਦੀਪ ਬੱਲ, ਗੁਰਪ੍ਰੀਤ ਬੱਲ ਅਤੇ ਹੋਰ ਸਮੂਹ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ। ਤੁਸੀਂ ਦੇਖ ਸਕਦੇ ਹੋ ਸੜਕਾਂ ਕਿਵੇਂ ਸੁੰਨਸਾਨ ਪਈਆਂ। ਕਿਸ਼ਨਗੜ੍ਹ ਦੀਆਂ ਇਹ ਸੜਕਾਂ, ਇਹ ਨੈਸ਼ਨਲ ਹਾਈਵੇ ਦੇਖ ਸਕਦੇ ਹੋ, ਨੈਸ਼ਨਲ ਹਾਈਵੇ ਕਿਵੇਂ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਆ, ਬਿਲਕੁਲ ਸੁੰਨਸਾਨ ਹੈ, ਕੋਈ ਆਵਾਜਾਈ ਨਹੀਂ ਆ। ਇਸ ਦੌਰਾਨ ਕਿਸ਼ਨਗੜ੍ਹ ਵਿਖੇ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ। ਚੰਦਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਅੱਜ ਦੇਖ ਸਕਦੇ ਹਾਂ ਜਿਹੜੀ ਸੰਯੁਕਤ ਮੋਰਚੇ ਦੀ ਕਾਲ ਸੀਗੀ, ਉੱਥੇ ਅੱਜ ਹਰ ਵਰਗ ਦੇ ਲੋਕ, ਚਾਹੇ ਮੇਰੇ ਮਜ਼ਦੂਰ ਭਰਾ ਆ, ਕਿਸਾਨ ਭਰਾ ਆ, ਕਿੰਨੇ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਅੱਜ ਦੇਸ਼ ਬੰਦ ਕਾਲ ਨੂੰ ਕਾਮਯਾਬ ਕਰ ਰਹੇ ਆ। ਉੱਥੇ ਹੀ ਨਾਲ ਲੰਗਰ ਲੈ ਕੇ ਕਾਫੀ ਪਿੰਡਾਂ ਤੋਂ ਸੰਗਤ ਪਹੁੰਚੀ, ਚਾਹ ਦੇ ਲੰਗਰ ਲੱਗੇ ਆ, ਰਸ ਦੇ ਲੰਗਰ ਲੱਗੇ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਇਹ ਲੜਾਈ ਆ, ਆਪਾਂ ਇੱਦਾਂ ਹੀ ਲੜ ਰਲ ਕੇ ਲੜਾਂਗੇ ਤਾਂ ਕਾਮਯਾਬ ਹੋ ਸਕਾਂਗੇ, ਅਤੇ ਇਸ ਦੇਸ਼ ਨੂੰ ਜਿਹੜੀ ਨੁਕਸਾਨ ਪਹੁੰਚਾਉਣ ਵਾਲੀ ਨਿੱਕੀ ਸਰਕਾਰ ਇਹਨੂੰ ਚੱਲਦਾ ਕਰਾਂਗੇ, ਅਤੇ ਦੇਸ਼ ਦੇ ਹਿੱਤਾਂ ਦੇ ਲਈ ਆਪਾਂ ਨੂੰ ਅੱਜ ਰਲ ਕੇ ਲੜਨ ਦੀ ਬਹੁਤ ਲੋੜ ਆ। ਅਤੇ ਆਪਾਂ ਤਿੰਨੇ ਹੀ ਬਿੱਲ ਜਿਹੜੇ ਆ ਤਾਂ ਹੀ ਰੱਦ ਕਰਾ ਸਕਦੇ ਜੇ ਆਪਾਂ ਰਲ ਮਿਲ ਕੇ ਹਰ ਵਰਗ ਚੱਲਾਂਗੇ। ਅੱਜ ਸਾਡਾ ਅੰਦੋਲਨ ਤਕਰੀਬਨ 4 ਮਹੀਨਿਆਂ ਤੋਂ ਚੱਲਦਾ ਆ ਰਿਹਾ ਆ। ਅੱਜ ਸੰਯੁਕਤ ਮੋਰਚੇ ਦੀ ਕਾਲ 'ਤੇ ਅਸੀਂ ਬੰਦ ਦਾ ਐਲਾਨ ਜਿਹੜਾ ਕਿ 26 ਤਰੀਕ ਦਾ ਸੀਗਾ, ਸਾਡੇ ਪਿੰਡਾਂ ਤੋਂ, ਪਿੰਡ ਨੁੱਸੀ ਤੋਂ, ਪਿੰਡ ਕਾਲੇ ਬਾਈਆਂ ਤੋਂ, ਪਿੰਡ ਨਵੇਂ ਪਿੰਡ ਤੋਂ, ਈਸਪੁਰ ਤੋਂ, ਅੱਜ ਪਿੰਡਾਂ 'ਚੋਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਸੀ ਇਸ 26 ਤਰੀਕ ਦੇ ਵਾਸਤੇ। ਅੱਜ ਅਸੀਂ ਪਿੰਡ ਨੁੱਸੀ ਤੋਂ, ਕਾਲੇ ਬਾਈਆਂ ਤੋਂ, ਸਾਡੇ ਪਿੰਡਾਂ ਨੇ ਮੇਨ ਇਹ ਮੋਰਚਾ ਜਿਹੜਾ ਕਿ ਰੇਲਵੇ ਟਰੈਕ 'ਤੇ ਅਸੀਂ ਆਣ ਕੇ ਧਰਨਾ ਲਾਇਆ ਸੀ। ਅਸੀਂ ਸਵੇਰ ਤੋਂ ਹੀ 7 ਵਜੇ ਤੋਂ ਲੈ ਕੇ ਇਸ ਧਰਨੇ ਦੇ ਵਿੱਚ, ਸ਼ਾਮ ਤੱਕ 6 ਵਜੇ ਤੱਕ ਇਸ ਧਰਨੇ ਦੇ ਵਿੱਚ ਰਹਿਣਾ। ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਇਹ ਸਾਡਾ ਧਰਨਾ ਆ, ਜੋ 26 ਦਾ ਬੰਦ ਦਾ ਸਾਡਾ ਸੰਯੁਕਤ ਮੋਰਚੇ ਨੂੰ ਸੀ। ਅਸੀਂ ਉਸ ਸੰਯੁਕਤ ਮੋਰਚੇ ਦੀ ਕਾਲ 'ਤੇ ਹੀ ਅੱਜ ਇਸ ਰੇਲਵੇ ਟਰੈਕ ਨੂੰ ਬੰਦ ਕੀਤਾ ਹੈ। ਹੋਰ ਜਿੰਨੀਆਂ ਸਾਡੀਆਂ ਇਹ ਸਰਕਾਰ ਨੇ ਸਾਨੂੰ ਆਸੇ ਪਾਸੋਂ ਘੇਰਿਆ ਹੈ, ਹੁਣ ਸਾਨੂੰ ਗਾਂ ਕਣਕ ਦੀ ਵਾਢੀ 'ਤੇ, ਕਣਕ ਦੀ ਫਸਲ 'ਤੇ FCI ਨੇ ਸਾਡੇ 'ਤੇ ਕਿੰਨਾ ਮਾਰੂ ਨੀਤੀਆਂ ਲਾਤੀਆਂ ਆ। ਸਰਕਾਰ ਨੇ ਸਾਨੂੰ ਚਾਰੇ ਪਾਸੇ ਤੋਂ ਘੇਰਨਾ ਸ਼ੁਰੂ ਕਰ ਦਿੱਤਾ ਆ। FCI ਕਹਿੰਦੀ ਆ ਕਿ ਹੁਣ ਤੁਹਾਡੀ ਜਿਹੜੀ ਆ ਕਣਕ ਦੀ ਖਰੀਦ ਆ, ਉਹ ਜਮ੍ਹਾਂਬੰਦੀਆਂ ਲੈ ਕੇ ਕਿਸਾਨਾਂ ਦੇ ਖਾਤਿਆਂ ਨੂੰ ਸਿੱਧੀ ਕੀਤੀ ਜਾਊਗੀ। ਸਾਡੇ ਕੋਲ ਓਨੀਆਂ ਜਮ੍ਹਾਂਬੰਦੀਆਂ ਨਹੀਂ ਗੀਆਂ, ਕਿਉਂਕਿ ਜ਼ਮੀਨਾਂ ਸਾਡੇ ਕੋਲ ਠੇਕੇ 'ਤੇ ਆ, NRI ਲੋਕਾਂ ਦੀਆਂ ਜ਼ਮੀਨਾਂ ਅਸੀਂ ਬਾਹ ਰਹੇ ਹਾਂ। ਫਿਰ ਜਿਹੜਾ ਜ਼ਮੀਨ ਦੀ ਫਰਜ਼ ਤਾਂ ਅਸੀਂ ਇੱਥੋਂ ਲੈ ਲਵਾਂਗੇ, ਪਰ ਜਿਹੜੇ ਪੈਸੇ ਆ ਸਾਡੀ ਕਣਕ ਦੇ, ਉਹ ਇਹਨਾਂ ਨੇ ਖਾਤਿਆਂ ਦੇ ਵਿੱਚ ਪਾਉਣੇ ਆ, NRI ਖਾਤੇ ਦੇ ਵਿੱਚ ਪੈਣਗੇ। ਉਸ ਨੂੰ ਟੈਕਸ ਲੱਗੂਗਾ, ਕਿਉਂਕਿ ਕੋਈ ਵੀ ਜਿਹੜਾ ਟੈਕਸ ਆ ਉਹ ਰੈਂਟਲ 'ਤੇ, ਕਿਰਾਏ ਵਾਲੀ ਚੀਜ਼ 'ਤੇ ਟੈਕਸ ਲੱਗਦਾ ਆ, ਅਤੇ ਇਸ ਲਈ ਇਹਨਾਂ ਨੇ ਉਹ ਪੈਸੇ 'ਚ ਟੈਕਸ ਕੱਟ ਕੇ ਫਿਰ ਸਾਨੂੰ ਪੈਸੇ ਵਾਪਸ ਦੇਣਗੇ। ਅਤੇ ਜਿਨ੍ਹਾਂ ਨੂੰ ਅਸੀਂ ਠੇਕੇ ਦਾ ਹਿਸਾਬ ਕਿਤਾਬ, ਪਿੰਡਾਂ ਵਿੱਚ ਸਾਡਾ ਭਾਈਚਾਰਾ ਆ, ਉਹ ਭਾਈਚਾਰਾ ਸਾਡਾ ਟੁੱਟ ਜਾਊਗਾ, ਕਿਉਂਕਿ ਸਾਨੂੰ ਦੇਣ ਲੈਣ ਦੇ ਵਿੱਚ ਸਾਡਾ ਬਹੁਤ ਹਿਸਾਬ ਕਿਤਾਬ ਪਿੰਡਾਂ ਵਿੱਚ ਭਾਈਚਾਰਕ ਤੌਰ 'ਤੇ ਹੀ ਚੱਲਦਾ ਆ। ਬਾਕੀ ਸਾਡੇ ਪਿੰਡਾਂ ਦੇ ਵਿੱਚ
किसान मीटिंगां भी असीं कीतियां, नाल हो के लामबंद लोकां नूं कीता ते असीं 23 तरीक नूं खटखट कलां विखे के भी गए असीं पूरे अपने जथियां दे नाल पिंडां चों लै के गए असीं, बसां दी सेवा भी लगी सी उत्थे भी। साडा इस बार ऐतकी कट्ठ देखण नूं मिलिया, कट्ठ दे विच निहंग सिंह जथेबंदियां कलाकार कबड्डी वाले वीर होर जिन्नियां जथेबंदियां सी सारे ने कट्ठ दा दुबाबे विच खास करके सबूत दिता, क्योंकि पंजाब विच किते ना किते 26 तों बाद दराड़ पै गई सी नौजवानां ते संयुक्त मोर्चे वाले जथेबंदियां दे विच। पर उस दराड़ नूं उत्थे खटकर कलां शहीदे आजम दे पिंड जाके असीं उस दराड़ नूं साडियां जथेबंदियां ने जिन्नियां होर साडियां जथेबंदियां निहंग सिंह कलाकार कबड्डी वाले वीर सारिया ने उस जथेबंदियां ने उस दराड़ नूं पूरा किया। तो अज असीं जो भी सानू अगे तो भी संयुक्त मोर्चा जिस तरह भी सानू कॉल करूगा असीं उस तरह ही इन्हां दी कॉल ते फुल चढ़ावांगे। इसलिए अगे तो भी जो भी कुछ होगा असी पूरा नाल हाँ पिंडा विच। हुण सानू ये नहीं भी कहना पैंदा अज जिन्ने भी असी आए हाँ सारे आपो अपने दिलों तो आए हाँ, सानू ये नहीं भी किसी नू फोन करना पिया। असी पूरे टाइम दिता सी जो भी 7 बजे का उस वेले नौजवान आ गए सीगे। तो होर ना ज्यादा गल्लां मैं करदा होया क्योंकि गल्लां तां बहुत आ, पर मैं हुण इस गल नू इत्थे कहना चाहुंदा भी अंदोलन साडा इस टाइम पूरा नितरिया होया कह सकते हैं। असी जित वल जा चुके हैं, असी ये अंदोलन जित के ही वापस आना क्योंकि असी पंजाबी कौम आ। इन्हां शब्दां नाल वाहिगुरू जी का खालसा वाहिगुरू जी की फतेह। सेंटर सरकार मुर्दाबाद, सेंटर सरकार मुर्दाबाद, मोदी सरकार मुर्दाबाद, किसान मजदूर एकता। तुसीं देख रहे हो दुआबा टाइम्स, अज पहुंचे असी ब्यास पिंड दे नजदीक गेट ते खड़े ब्यास पिंड दे देख रहे हैं। अज 26 मार्च जो किसानां दा भारत बंद नूं पूरा समर्थन मिल रहा, तुसीं देख सकते हो पूरियां दुकानां बंद पईआं आ। अज